ਫਗਵਾੜਾ ਸ਼ਹਿਰ ਦੀ ਉੱਘੀ ਸਮਾਜ ਸੇਵੀ ਸੰਸਥਾ ਅਰਦਾਸ ਵੈਲਫੇਅਰ ਸੋਸਾਇਟੀ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ 15 ਤਰੀਕ ਨੂੰ ਵਿਕਲਾਂਗਾਂ ਨੂੰ ਪੈਨਸ਼ਨ ਦਿੱਤੀ ਗਈ। ਮੌਕੇ ਸੋਸਾਇਟੀ ਪ੍ਰਧਾਨ ਜਤਿੰਦਰ ਬੋਵੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਵਿਕਲਾਂਗਾਂ ਨੂੰ ਪੈਨਸ਼ਨ ਦੇਣ ਦਾ ਜਿੰਮਾ ਉਹਨਾਂ ਦੇ ਦੋਸਤ ਸਿਮਰਨ ਚਾਚੋਕੀ ਵੱਲੋਂ ਚੁੱਕਿਆ ਗਿਆ ਹੈ, ਜਿਨ੍ਹਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਹੋਰ ਕੀ ਕਿਹਾ ਗਿਆ ਸੋਸਾਇਟੀ ਪ੍ਰਧਾਨ ਜਤਿੰਦਰ ਬੋਵੀ ਵੱਲੋਂ ਦੇਖੋ ਇਸ ਵੀਡੀਓ ਦੇ ਅੰਦਰ। ਵਤਨ ਕੀ ਰਾਹੇ ਤੋਂ ਧਰੁਵ ਕਲੂਚਾ ਦੀ ਰਿਪੋਰਟ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਹਰ ਮਹੀਨੇ ਦੀ ਅਸੀਂ ਪਹਿਲੀ ਤਰੀਕ ਨੂੰ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਵਿਧਵਾ ਵਾ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਅਰਦਾਸ ਵੈਲਫੇਅਰ ਸੋਸਾਇਟੀ ਵੱਲੋਂ, ਜਿਹੜੀਆਂ ਕਿ 700 ਦੇ ਕਰੀਬ ਆ। ਅਤੇ ਸਾਡੇ ਜਿਹੜੇ ਵਿਕਲਾਂਗ ਭਰਾ ਵਾ ਜਿਹੜੇ ਚੱਲ ਫਿਰਨ 'ਚ ਅਸਮਰਥ ਆ, ਅਤੇ ਉਹਨਾਂ ਨੂੰ ਅਸੀਂ ਹਰ 15 ਤਰੀਕ ਨੂੰ 2 ਵਜੇ ਪੈਨਸ਼ਨ ਦਿੰਦੇ ਹਾਂ। ਅਤੇ ਇਹ ਜਿਹੜਾ ਅੱਜ ਦਾ ਪੈਨਸ਼ਨ ਦਾ ਉਪਰਾਲਾ ਵਾ ਇਹ ਸਾਡੇ ਡਾਕਟਰ ਭੀਮ ਰਾਮ ਜੀ ਅੰਬੇਦਕਰ ਉਹਨਾਂ ਨੂੰ ਸਮਰਪਿਤ ਆ, ਕਿਉਂਕਿ ਹੱਥ ਜੋੜ ਕੇ ਬੇਨਤੀ ਕਰਦਾ ਆਓ ਆਪਾਂ ਸਾਰੇ ਰਲ ਕੇ ਇੱਦਾਂ ਦਾ ਉਪਰਾਲਾ ਕਰੀਏ ਤਾਂ ਕਿ ਹੋਰ ਵੀ ਸਮਾਜ ਨੂੰ ਇੱਦਾਂ ਦੀ ਸੇਧ ਮਿਲੇ ਕਿ ਲੋਕ ਸਾਡੇ ਨਾਲ ਵੱਧ ਤੋਂ ਵੱਧ ਜੁੜਨ ਅਰਦਾਸ ਵੈਲਫੇਅਰ ਸੋਸਾਇਟੀ ਨਾਲ, ਔਰ ਵੱਧ ਤੋਂ ਵੱਧ ਸਾਡਾ ਸਾਥ ਦਿਆ ਕਰੋ। ਜਿਹੜਾ ਅੱਜ ਦੀ ਪੈਨਸ਼ਨ ਦਾ ਉਪਰਾਲਾ ਵਾ ਮੇਰਾ ਵੀਰ ਆ ਸਿਮਰਨ ਚਾਚੋਕੀ ਦਾ, ਉਹਨੇ ਇਹ ਚੱਕ ਲਿਆ ਵੀ ਜਿਹੜੇ ਵਿਕਲਾਂਗ ਆ ਉਹ ਕਹਿੰਦਾ ਜਿੰਨਾ ਚਿਰ ਮੈਂ ਬੈਠਾ ਭਾਅ ਜੀ ਤਕਰੀਬਨ ਉਹੀ ਪੈਨਸ਼ਨ ਦਿਆ ਕਰੂੰਗਾ। ਅਤੇ ਉਸ ਬੰਦੇ ਨੂੰ ਅਸੀਂ ਤਹਿ ਦਿਲੋਂ ਉਹਦੇ ਪਰਿਵਾਰ ਨੂੰ ਉਹਨੂੰ ਤਹਿ ਦਿਲੋਂ ਧੰਨਵਾਦ ਕਰਦੇ ਅਰਦਾਸ ਵੈਲਫੇਅਰ ਸੋਸਾਇਟੀ ਕਿ ਉਸ ਬੰਦੇ ਦੇ ਸਾਥ ਨਾਲ ਜਿਹਨਾਂ ਵੀਰਾਂ ਦਾ ਪਰਿਵਾਰ ਜਿਹੜਾ ਵਾ ਚੁੱਲ੍ਹੇ ਆ ਚੱਲਦੇ ਆ, ਅਤੇ ਪਰਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖੇ, ਖੁਸ਼ ਰੱਖੇ। ਜੈ ਮਾਤਾ ਦੀ।